ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਨਖੂ ਵੱਲੋਂ ਤਹਿ ਦਿਲ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ, ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੇ ਉੱਪਰ ਵਿਚਾਰ ਗੁਰ ਕੀ ਬਾਤ ਪ੍ਰੋਗਰਾਮ ਦੇ ਵਿੱਚ ਆਪ ਜੀ ਸ਼ਰਵਣ ਕਰਦੇ ਹੋ, ਔਰ ਇਸ ਵਿਚਾਰ ਨੂੰ, ਇਸ ਵਿਚਾਰਕ ਸਾਂਝ ਪਾਉਣ ਦੇ ਲਈ ਸਾਡੇ ਨਾਲ ਸਿੱਖ ਕੌਮ ਦੇ ਮਖਾਨ ਢਾਡੀ ਗਿਆਨੀ ਸਰੂਪ ਸਿੰਘ ਜੀ ਕੜਿਆਣਾ ਨੇ। ਅਤੇ ਪਿਛਲੀ ਵਾਰ ਗੱਲ ਚੱਲਦੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣ ਦੇ ਲਈ ਜਾ ਰਹੇ ਨੇ, ਸਮੇਂ ਦੀਆਂ ਘੜੀਆਂ ਨੇ ਸਾਨੂੰ ਰੋਕ ਦਿੱਤਾ, ਪਰ ਅੱਜ ਉਸ ਵਿਚਾਰ ਨੂੰ ਅਸੀਂ ਜ਼ਰੂਰ ਕੰਪਲੀਟ ਕਰਾਂਗੇ, ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਇਸ ਤੋਂ ਪਹਿਲਾਂ ਗਿਆਨੀ ਸਵਰੂਪ ਸਿੰਘ ਜੀ ਦਾ ਆਪਣੇ ਸਟੂਡੀਓ ਵਿੱਚੋਂ ਲਈ ਅਸੀਂ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਮੇਂ ਨੂੰ ਜ਼ਿਆਦਾ ਅੱਗੇ ਨਾ ਲੈ ਕੇ ਜਾਈਏ, ਵਿਚਾਰ ਨੂੰ ਉੱਥੋਂ ਸ਼ੁਰੂਆਤ ਕਰ ਦਈਏ ਜੀ। ਪਿਛਲੀ ਵਾਰ ਤੁਸੀਂ ਸਾਡੇ ਨਾਲ ਗੱਲ ਕਰਦੇ ਸੀ ਕਿ ਨਾਲ ਕਿਸੇ ਸਾਥੀ ਨੂੰ ਨਹੀਂ ਲਿਆ। ਹਾਂਜੀ, ਇਹ ਇਕੱਲੇ ਤੁਰਦੇ ਨੇ ਜੀ, ਉਹਦਾ ਕਾਰਨ ਵੀ ਤੁਸੀਂ ਸਾਨੂੰ ਦੱਸਿਆ, ਅਤੇ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਿਵੇਂ ਮਿਲਦੇ ਨੇ? ਜਦੋਂ ਇਕੱਲੇ ਤੁਰਨ ਲੱਗਦੇ ਨੇ ਜੀ, ਕੁਛ ਕੁ ਬੰਦੇ ਐਸੇ ਨੇ ਜਿਹੜੇ ਮਾਤਾ ਦੇ ਬੜੇ ਪਰਮ ਸੇਵਾਦਾਰ ਨੇ, ਵੈਸ਼ਨੋ ਦੇਵੀ ਮਾਤਾ ਦੇ ਜੀ। ਉਹ ਇਹ ਕਹਿ ਰਹੇ ਨੇ ਕਿ ਬਾਬਾ ਜੀ, ਆਪਾਂ ਪਹਿਲਾਂ ਜਿੱਥੇ ਘਰੋਂ ਮਿੱਥ ਕੇ ਤੁਰੇ ਹਾਂ, ਪਹਿਲਾਂ ਉੱਥੇ ਜਾ ਕੇ ਮੱਥਾ ਟੇਕੀਏ, ਬਾਕੀ ਜੇ ਉਰੇ ਪਰੇ ਹੋਰ ਕਿਤੇ ਜਾਣਾ ਹੋਣਾ ਤਾਂ ਆਪਾਂ ਆਉਂਦੇ ਹੋਏ ਆਵਾਂਗੇ ਜੀ। ਘਰੋਂ ਜਿੱਥੇ ਮਿੱਥ ਕੇ ਤੁਰੀਏ ਪਹਿਲਾਂ ਉੱਥੇ ਜਾਣਾ ਚਾਹੀਦਾ। ਅਤੇ ਬਾਬਾ ਲੈਣਾ ਜੀ ਕਹਿੰਦੇ, ਮੈਂ ਉੱਥੇ ਜਾਣ ਤੋਂ ਅਜੇ ਕੋਈ ਇਨਕਾਰੀ ਨਹੀਂ ਹੈ ਜੀ। ਮੈਂ ਤੁਹਾਨੂੰ ਇੰਨਾ ਕਿਹਾ ਵੀ ਆਪਾਂ ਇੱਥੇ ਸੋਣਾ ਵੀ ਹੈ, ਤੁਸੀਂ ਸੌਂ ਜਾਓ, ਮੈਂ ਕਿਸੇ ਨੂੰ ਮਿਲ ਕੇ ਆਉਣਾ। ਇੱਥੇ ਨਾਨਕ ਤਪਾ ਜੀ ਇੱਕ ਮਹਾਂਪੁਰਸ਼ ਰਹਿੰਦੇ ਨੇ, ਉਹਨਾਂ ਦੇ ਜਾ ਕੇ ਦਰਸ਼ਨ ਕਰਨੇ ਜੀ। ਜਦੋਂ ਉਹ ਜਾਂਦੇ ਨੇ, ਘੋੜੀ ਦੇ ਉੱਤੇ ਚੜ੍ਹ ਕੇ ਜਾਂਦੇ ਨੇ, ਲਾਲ ਰੰਗ ਦਾ ਉਹਨਾਂ ਨੇ ਚਮਕੀਲਾ ਬਾਣਾ ਪਾਇਆ ਹੋਇਆ, ਕਿਉਂਕਿ ਉਹ ਸੰਘ ਦੇ ਮੁਖੀ ਹੈ। ਓਕੇ, ਉਹਨਾਂ ਦੇ ਮੱਥੇ ਦੇ ਉੱਤੇ ਚੰਗਾ ਤਿਲਕ ਲੱਗਾ ਹੋਇਆ ਜੀ, ਮਾਤਾ ਦੇ ਭਗਤ ਨੇ ਜੀ। ਕਿਉਂਕਿ ਜਦੋਂ ਸੰਘ 'ਤੇ ਜਾਣਾ ਤਾਂ ਸੰਘ ਦਾ ਮੁਖੀ ਤਾਂ ਘੱਟੋ ਘੱਟ ਉਹੀ ਬਾਣਾ ਪਾਏਗਾ ਨਾ। ਜਦੋਂ ਘੋੜੇ 'ਤੇ ਬਹਿ ਕੇ ਜਾ ਰਹੇ, ਸਤਿਗੁਰੂ ਨਾਨਕ ਸਾਹਿਬ ਖੇਤਾਂ ਵਿੱਚੋਂ ਕੰਮ ਕਰਕੇ ਆਪਣੇ ਘਰ ਨੂੰ ਚੱਲੇ ਜੀ। ਸਾਡੇ ਧਰਮ ਅੰਦਰ ਕਿਰਤ ਨੂੰ ਬੜੀ ਮਹਾਨਤਾ ਹੈ ਜੀ। ਜਿਹੜੇ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਹੈ, ਤੁਸੀਂ ਜ਼ਿਆਦਾ ਜਾਣਦੇ ਹੋ ਜੀ, ਕਿਉਂਕਿ ਇਹ ਕਥਾ ਵਾਚਕਾਂ ਦਾ ਜ਼ਿਆਦਾ ਵਿਸ਼ਾ ਜੀ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਜੀ। ਨਾਮ ਜਪਣ ਦੀ ਗੱਲ ਗੁਰੂ ਸਾਹਿਬ ਨੇ ਦੂਜੇ ਨੰਬਰ 'ਤੇ ਰੱਖੀ, ਕਿਰਤ ਦੀ ਗੱਲ ਪਹਿਲੇ ਨੰਬਰ 'ਤੇ ਦਰਤੀ ਆ। ਉਹ ਕਿਰਤ ਕਰਨ ਦੀ ਜਿਹੜੀ ਗੱਲ ਹੈ, ਉਹ ਅੱਜ ਦੇ ਸਾਡੇ ਧਾਰਮਿਕ ਆਗੂਆਂ ਵਿੱਚ, ਸਾਡੇ ਧਾਰਮਿਕ ਅਖਵਾਉਣ ਵਾਲੇ ਮਹਾਂਪੁਰਸ਼ਾਂ ਦੇ ਵਿੱਚ ਥੋੜ੍ਹੀ ਘੱਟਦੀ ਜਾ ਰਹੀ ਜੀ। ਮੈਂ ਜਿਵੇਂ ਪਹਿਲਾਂ ਦੱਸਿਆ ਸੀ ਕਿ 1524 ਈਸਵੀ ਵਿੱਚ ਜੀ, ਬੀਬੀ ਬਰਾਈ ਜੀ ਦੇ ਘਰੇ ਖਡੂਰ ਸਾਹਿਬ ਜੀ, ਸਤਿਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਬਾਬਾ ਲਹਿਣਾ ਜੀ ਨੇ, ਅਤੇ ਅੱਜ ਉਹ ਖੇਤਾਂ ਵਿੱਚ ਕੰਮ ਕਰਕੇ ਆਏ ਨੇ ਜੀ, ਪਹਿਚਾਣੇ ਨਹੀਂ ਗਏ ਜੀ। ਉਹਦਾ ਕਾਰਨ ਹੈ, ਇੱਕ ਤਾਂ 8 ਸਾਲ ਬਾਅਦ ਮਿਲਾਪ ਹੋਇਆ ਜੀ, ਚਿਹਰੇ ਵਿੱਚ ਤਬਦੀਲੀ ਆ ਗਈ ਹੋ ਸਕਦੀ ਜੀ। ਦੂਸਰਾ ਕਾਰਨ ਇਹ ਹੈ ਕਿ ਜਦੋਂ ਬੀਬੀ ਬਰਾਈ ਦੇ ਘਰ ਗਏ ਨੇ, ਉਹ ਮਹਿਮਾਨਾਂ ਵਾਲੇ ਕੱਪੜੇ ਪਾ ਕੇ ਗਏ ਹੋਣਗੇ ਜੀ, ਅਤੇ ਅੱਜ ਉਹ ਖੇਤਾਂ ਦੇ ਵਿੱਚੋਂ ਕਿਰਤ ਕਰਕੇ ਆਏ ਨੇ ਜੀ। ਬਾਬਾ ਲਹਿਣਾ ਜੀ ਦੇ ਮਨ ਵਿੱਚ ਕੁਝ ਹੋਰ ਚੱਲ ਰਹੀ ਸੀ ਤਸਵੀਰ ਜੀ, ਕਿ ਜਦੋਂ ਮੈਂ ਨਾਨਕ ਤਪਾ ਜੀ ਦੇ ਜਾ ਕੇ ਦਰਸ਼ਨ ਕਰਾਂਗਾ ਜੀ, ਮਾਰ ਕੇ ਤੇ ਉੱਥੇ ਫਲ ਫਰੂਟ ਲੋਕਾਂ ਨੇ ਚੜ੍ਹਾਏ ਹੋਣਗੇ, ਮੱਥੇ ਟੇਕਾਉਂਦੇ ਹੋਣਗੇ, ਸੱਜਾ ਹੱਥ ਚੱਕ ਕੇ ਆਸ਼ੀਰਵਾਦ ਵੰਡ ਹੁੰਦਾ ਹੋਵੇਗਾ, ਤੇ ਚੇਲੇ ਆਲੇ ਦੁਆਲੇ ਖੜੇ ਹੋਣਗੇ, ਪੱਖੀਆਂ ਚੱਲਦੇ ਹੋਣਗੇ, ਪੈਰਾਂ ਵਿੱਚ ਕੱਦੂ ਚੱਸਦਾ ਹੋਵੇਗਾ, ਕੁਛ ਬਹੁਤ ਕੁਛ ਹੁੰਦਾ, ਰੋਗਨ ਮਲਦਾ ਹੋਵੇਗਾ, ਬੜਾ ਕੁਛ ਹੋਵੇਗਾ, ਬੀਬੀਆਂ ਝੋਲੀ ਲੈ ਕੇ ਬੈਠੀਆਂ ਹੋਣਗੀਆਂ ਉਹਨਾਂ ਦੇ ਮਨ ਵਿੱਚ। ਅੱਜ ਕੱਲ੍ਹ ਤੇ ਸਾਧਾਂ ਦੀ ਤਸਵੀਰ ਪੇਸ਼ ਕਰ ਦਿੱਤੀ ਹੈ, ਬਿਲਕੁਲ ਦੇਖੋ ਚੱਲਦਾ ਡੇਰੀਆਂ ਵਿੱਚ ਅਸੀਂ ਦੇਖਦੇ ਹਾਂ ਹੋ ਰਿਹਾ, ਧਰਮ ਦੇ ਨਾਮ ਥੱਲੇ ਲੁੱਟ ਹੋ ਰਹੀ ਹੈ ਜੀ। ਸਾਡੇ ਗੁਰੂ ਨੇ ਤਦ ਹੀ ਸਾਨੂੰ ਇਹ ਗੱਲਾਂ ਸਿਖਾਈਆਂ ਨੇ ਜੀ, ਜਦੋਂ 4 ਉਦਾਸੀਆਂ ਪੂਰੀਆਂ ਕਰ ਲਈਆਂ ਜੀ, ਤਾਂ ਭਾਈ ਗੁਰਦਾਸ ਜੀ ਨੇ ਆਖਿਆ ਕਿ ਬਾਬਾ ਆਇਆ ਕਰਤਾਰਪੁਰ ਜੀ, ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਨ ਸੰਸਾਰੀ ਕੱਪੜੇ, ਮੰਜੀ ਬੈਠ ਕੇ ਅਵਤਾਰਾ ਜੀ। ਉਹਨਾਂ ਨੇ ਆਪਣਾ ਉਹ ਜਿਹੜਾ ਬਾਣਾ ਸੀ ਉਹ ਉਤਾਰ ਕੇ ਸੰਸਾਰੀ ਕੱਪੜੇ ਪਹਿਨੇ ਜੀ, ਕਿਉਂਕਿ ਸਾਡਾ ਜਿਹੜਾ ਧਰਮ ਹੈ ਉਹ ਗ੍ਰਸਤੀਆਂ ਦਾ ਅਤੇ ਕਿਰਤੀਆਂ ਦਾ ਧਰਮ ਹੈ ਜੀ। ਕਿਰਤੀਆਂ ਦਾ ਅਤੇ ਗ੍ਰਸਤੀਆਂ ਦਾ ਧਰਮ ਹੈ, ਨਾ ਤਾਂ ਗ੍ਰਸਤ ਮਾਰਗ ਤੋਂ ਭਗੌੜਾ ਬੰਦਾ ਸਾਡੇ ਗੁਰੂ ਨੂੰ ਪ੍ਰਵਾਨ ਹੈ ਜੀ। ਅੱਜ ਉਹ ਗੱਲ ਹੋਰ ਪਾਸੇ ਨਾ ਚੱਲ ਜਾਵੇ, ਆਮ ਹੀ ਅੱਜ ਸਾਡੇ ਸਿੱਖਾਂ ਵਿੱਚ ਵੀ ਇਹ ਬਿਮਾਰੀ ਫੈਲ ਗਈ ਕਿ ਜਿਹੜਾ ਬਾਬਾ ਵਿਆਹ ਨਹੀਂ ਕਰਾਉਂਦਾ, ਸਾਡੇ ਲੋਕ ਕਹਿੰਦੇ ਜੀ ਬੜੇ ਤਕੜੇ ਬ੍ਰਹਮ ਗਿਆਨੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਗੱਲ ਲਿਖੀ ਹੈ, 324 ਅੰਗ ਹੈ ਜੀ ਮਹਾਰਾਜ ਦੀ ਬਾਣੀ ਵਿੱਚ ਲਿਖਿਆ, ਬਿੰਦ ਰੱਖ ਜੋ ਤਰੀਆ ਭਾਈ, ਖੁਸ਼ ਰਹਿ ਕੇ ਉਹਨਾਂ ਪਰਮਗਤ ਪਾਈ।
ਜੇ ਛੜੇ ਰਹਿਣ ਨਾਲ ਰੱਬ ਮਿਲਦਾ ਫਿਰ ਖੁਸਰੇ ਤੇ ਸਾਰੇ ਬ੍ਰਹਮ ਗਿਆਨੀ ਹੋਣੇ ਚਾਹੀਦੇ। ਸਾਡਾ ਧਰਮ ਹੀ ਹੈ ਕਿਰਤੀਆਂ ਤੇ ਗ੍ਰਸਤੀਆਂ ਦਾ ਧਰਮ। ਜਦੋਂ ਬਾਬਾ ਲਹਿਣਾ ਜੀ ਮਿਲਦੇ ਆ ਜੀ, ਇੱਥੇ ਬੜੀ ਹੈਰਾਨਗੀ ਆਉਂਦੀ ਹੈ। ਜਦੋਂ ਮੈਂ ਪਹਿਲੀ ਵਾਰ ਇਹ ਸਾਖੀ ਨੂੰ ਪੜ੍ਹਿਆ ਤੇ ਮੈਂ ਖੁਦ ਆਪਣੇ ਆਪ ਦੇ ਵਿੱਚ ਮਹਿਸੂਸ ਕਰਾਂ ਕਿ ਸਾਡੇ ਗੁਰੂ ਸਾਹਿਬ ਜੀ ਕਿੰਨੇ ਸਾਦੇ ਜੀਵਨ ਦੇ ਵਿੱਚ ਦੁਨੀਆਂ ਵਿੱਚ ਵਿਚਰਦੇ ਆ। ਕਿਆ ਬਾਤ ਹੈ। ਉਹ ਆ ਕੇ ਬਾਬਾ ਲਹਿਣਾ ਜੀ ਉਹਨਾਂ ਨੂੰ ਹੀ ਪੁੱਛ ਲੈਂਦੇ ਆ ਜੀ ਕਿ ਇੱਥੇ ਨਾਨਕ ਤਪਾ ਜੀ ਦਾ ਘਰ ਕਿਹੜਾ ਹੈ ਜੀ, ਨਾਨਕ ਤਪਾ ਜੀ ਦਾ ਟਿਕਾਣਾ ਡੇਰਾ ਕਿਹੜਾ ਜੀ। ਅਤੇ ਗੁਰੂ ਸਾਹਿਬ ਬੜੇ ਨਿਮਰਤਾ 'ਚ ਕਹਿੰਦੇ ਨੇ ਬਈ ਵੀ ਤੁਸੀਂ ਮੇਰੇ ਮਗਰ ਮਗਰ ਆ ਜਾਓ ਜੀ, ਅਤੇ ਮੈਂ ਉੱਥੇ ਹੀ ਚੱਲਿਆ ਜੀ। ਜਦੋਂ ਗੁਰੂ ਸਾਹਿਬ ਜਾ ਰਹੇ ਨੇ ਤਾਂ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਹਲ ਛੱਡ ਛੱਡ ਕੇ ਮਹਾਰਾਜ ਨੂੰ ਮੱਥੇ ਟੇਕ ਰਹੇ ਨੇ ਜੀ, ਅਤੇ ਬਾਬਾ ਲਹਿਣਾ ਜੀ ਸੋਚ ਰਹੇ ਨੇ ਵੀ ਜਾਂ ਤਾਂ ਪਿੰਡ ਦਾ ਲੰਬੜਦਾਰ ਹੋਏਗਾ ਇਹ ਜੀ, ਜਾਂ ਪਿੰਡ ਦਾ ਚੌਧਰੀ ਹੋਏਗਾ ਜੀ। ਘੋੜੀ 'ਤੇ ਬੈਠੇ ਬਾਬਾ ਲਹਿਣਾ ਜੀ ਦੇ ਮਨ ਵਿੱਚ ਇਹ ਵੀ ਖਿਆਲ ਆਉਂਦਾ, ਇਹ ਗੱਲ ਕਿਤਾਬਾਂ ਦੇ ਵਿੱਚ ਲਿਖੀ ਹੈ ਕਿ ਉਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਕੋਲੋਂ ਜਦੋਂ ਮਾਫ਼ੀ ਮੰਗੀ ਉਹਨੂੰ ਦੱਸਿਆ ਕਿ ਮਹਾਰਾਜ ਮੇਰੇ ਮਨ ਵਿੱਚ ਤਾਂ ਇਹ ਚੱਲ ਰਿਹਾ ਸੀ ਵੀ ਛੱਡ ਲੈਣਿਆ, ਅਤੇ ਜੇ ਇਹਨੂੰ ਇੱਥੇ ਮੱਥੇ ਟੇਕ ਹੁੰਦੇ ਨੇ ਤਾਂ ਕਿਤੇ ਖਡੂਰ ਸਾਹਿਬ ਵਾਲੇ ਪਾਸੇ ਆਵੇ, ਖਡੂਰ ਵਾਲੇ ਪਾਸੇ ਆਵੇ ਤਾਂ ਮੈਨੂੰ ਮੱਥੇ ਟੇਕ ਹੁੰਦੇ, ਕਿਤੇ ਇਹ ਨਹੀਂ ਦੇਖ ਸਕਦਾ ਹੋਏਗਾ ਕੋਈ ਪਿੰਡ ਦਾ ਲੰਬੜਦਾਰ, ਮੈਨੂੰ ਵੀ ਤਾਂ ਮੱਥੇ ਟੇਕਦੇ ਨੇ ਨਾ ਜੀ 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 ਜੀ। ਇੱਕ ਮਖੂ ਸਾਹਿਬ ਹੋਰ ਯਾਦ ਰੱਖੋ, ਜਿਹੜੇ ਬੰਦੇ ਨੂੰ ਮੱਥੇ ਟਿਕਦੇ ਹੋਣ ਨਾ ਜੀ, ਉਹਦੇ ਵਾਸਤੇ ਸਭ ਤੋਂ ਔਖਾ ਹੁੰਦਾ ਦੂਸਰੇ ਨੂੰ ਮੱਥਾ, ਦੂਜੇ ਨੂੰ ਮੱਥਾ ਟੇਕਣਾ। ਕਿਆ ਬਾਤ ਹੈ। ਬਾਬਾ ਲਹਿਣਾ ਜੀ ਦੇ ਚਰਨਾਂ ਤੋਂ ਨਮਸਕਾਰ ਹੈ, ਕੁਰਬਾਨ ਹੈ ਮੈਂ। ਉਹਨਾਂ ਨੂੰ ਦਿਸਿਆ ਕਿ ਸਾਹਮਣੇ ਜੋ ਬੈਠਾ ਉਹ ਮੇਰੇ ਤੋਂ ਉੱਪਰ ਹੈ ਜੀ, ਉਹਨਾਂ ਨੂੰ ਦਿਸਿਆ ਕਿ ਇਹ ਪੂਰਾ ਹੈ ਜੀ। ਉਹਨਾਂ ਨੇ ਇੱਕ ਪਲ ਲਾਇਆ ਨਾਲੇ ਢੇਰੀ ਹੋਇਆ ਜੀ, ਇਹ ਮਿਲਾਪ ਹੈ। ਜੇ ਦਿਲ ਵਿੱਚ ਮਿਲਣ ਦੀ ਤਾਂਘ ਨਹੀਂ ਹੈ ਨਾ ਜੀ, ਤਾਂ ਫਿਰ ਆਪਾਂ ਇਹ ਵੀ ਕਹਿ ਦਿੰਦੇ ਹਾਂ ਕਿ ਕੋਈ ਗੱਲ ਨਹੀਂ, ਮੈਂ ਹੀ ਸਾਰਾ ਕੁਝ ਹੈ। ਸਾਡੇ ਪ੍ਰਚਾਰਕਾਂ ਵਿੱਚ ਵੀ ਇੱਦਾਂ ਹੀ ਬਹੁਤ ਜ਼ਿਆਦਾ, ਕਈ ਵਾਰ ਅਸੀਂ ਸੁਣਾ ਸਕਦੇ ਹਾਂ ਦੋ ਦੋ ਘੰਟੇ, ਪਰ ਕਿਸੇ ਨੂੰ ਦੋ ਮਿੰਟ ਬਹਿ ਕੇ ਸੁਣ ਨਹੀਂ ਸਕਦੇ, ਸੁਣ ਨਹੀਂ ਸਕਦੇ, ਇਹ ਵੱਡੀ ਸਮੱਸਿਆ ਸਾਡੀ। ਕਈ ਵਾਰ ਸਾਡੇ ਤੋਂ ਸੀਨੀਅਰ ਪ੍ਰਚਾਰਕ ਹੁੰਦਾ, ਆਪਾਂ ਉਹਦੇ ਕੋਲ ਵੀ ਇਹ ਸਾਬਤ ਕਰਦੇ ਹਾਂ ਕਿ ਮੈਨੂੰ ਜ਼ਿਆਦਾ ਪਤਾ ਜੀ। ਬਾਬਾ ਲਹਿਣਾ ਜੀ ਨੂੰ ਇਸ ਗੱਲੋਂ ਨਮਸਕਾਰ ਹੈ, ਉਹ ਇੱਕ ਧਰਮ ਦੇ ਆਗੂ ਨੇ, ਉਹਨਾਂ ਨੂੰ ਮੱਥੇ ਟਿਕਦੇ ਨੇ, ਉਹਨਾਂ ਨੂੰ ਲੋਕ ਭਗਤ ਜੀ ਕਹਿ ਕੇ ਬੁਲਾਉਂਦੇ ਨੇ, ਬਾਬਾ ਜੀ ਕਹਿ ਕੇ ਬੁਲਾਉਂਦੇ ਨੇ, ਸੰਗ ਦੇ ਮੁਖੀ ਨੇ। ਅੱਜ ਇਹ ਨਹੀਂ ਵੀ ਪਿੰਡ ਛੱਡ ਕੇ ਆਏ ਨੇ, ਉਹਨਾਂ ਦੇ ਨਾਲ 150 ਬੰਦਿਆਂ ਦਾ ਕਾਫਲਾ ਅੱਜ ਵੀ ਧੁਰ ਤੱਕ ਆਇਆ ਹੋਇਆ, ਉਹ 2-4 ਖੱਤੇ ਪਿੱਛੇ ਛੱਡ ਕੇ ਆਏ ਨੇ, ਪਰ ਉਹ ਇੱਕ ਪਲ ਯਕਦਮ ਤਬਦੀਲੀ ਹੋ ਜਾਣੀ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ। ਸਾਨੂੰ ਬੜਾ ਆਨੰਦ ਆ ਰਿਹਾ ਤੁਹਾਡੀਆਂ ਗੱਲਾਂ ਦੇ ਵਿੱਚੋਂ, ਉਸ ਮਾਹੌਲ ਨੂੰ ਅਸੀਂ ਅੱਖਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ। ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਘਰ ਦੇ ਵਿੱਚ ਜਾਂਦੇ ਨੇ, ਕਿਵੇਂ ਭਾਈ ਲੈਣਾ ਜੀ ਕਿਵੇਂ ਮਿਲਾਪ ਹੁੰਦਾ, ਕਿਵੇਂ ਆਪਣੀ ਉਹ ਸਾਰੀ ਚੀਜ਼ ਛੱਡ ਕੇ ਗੁਰੂ ਨਾਨਕ ਦੇਵ ਹੋ ਜਾਂਦੇ ਨੇ ਜੀ। ਸਤਿਗੁਰੂ ਸਾਹਿਬ ਜਦੋਂ ਆਪਣੇ ਘਰ ਆਏ ਜੀ, ਬਾਬਾ ਲਹਿਣਾ ਜੀ ਘੋੜੀ ਦੇ ਉੱਤੇ ਚੜ੍ਹੇ ਹੋਏ, ਉਹਨਾਂ ਦੇ ਮਗਰ ਮਗਰ ਆਏ ਜੀ। ਇਹ ਇਤਿਹਾਸ ਵਿੱਚ ਆਉਂਦਾ ਕਿ ਮਹਾਰਾਜ ਦੇ ਘਰ ਵਿੱਚ ਇੱਕ ਟਾਹਲੀ ਦਾ ਦਰਖਤ ਸੀ ਜੀ। ਸਤਿਗੁਰੂ ਸਾਹਿਬ ਵਿਹੜੇ 'ਚ ਵੜ ਕੇ ਕਹਿੰਦੇ ਆ ਵੀ ਪੁਰਖਾ ਉਹ ਸਾਹਮਣੇ ਟਾਹਲੀ ਦੇ ਨਾਲ ਘੋੜੀ ਬੰਨਿਆ ਜੀ। ਉਹ ਘੋੜੀ ਬੰਨਣ ਵਿੱਚ ਲੱਗੇ ਨੇ ਅਤੇ ਸਤਿਗੁਰੂ ਸਾਹਿਬ ਪੰਛਨਾਨਾ ਕਰਕੇ ਅੰਦਰ ਬੈਠ ਜਾਂਦੇ ਜੀ। ਉਹ ਜਦੋਂ ਸਾਹਮਣੇ ਆ ਕੇ ਦੇਖਦੇ ਨੇ ਵੀ ਇਹ ਤਾਂ ਉਹੀ ਬੰਦਾ ਹੈ ਜਿਹੜਾ ਮੈਨੂੰ ਰਸਤਾ ਦੱਸਦਾ, ਮੇਰੇ ਮੂਹਰੇ ਮੂਹਰੇ ਆਇਆ ਜੀ, ਅਤੇ ਸਤਿਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਹ ਭੁੱਬਾਂ ਮਾਰ ਕੇ ਰੋਂਦੇ ਆ, ਬਹੁਤ ਰੋਂਦੇ ਆ, ਪਛਤਾਵਾ ਕਰਦੇ ਆ ਕਿ ਪਹਿਲੀ ਵਾਰ ਆਇਆ ਅਤੇ ਪਹਿਲੀ ਵਾਰੀ ਅਵਿਗਿਆ ਹੋ ਗਈ, ਪਹਿਲੀ ਵਾਰੀ ਐਡੀ ਗਲਤੀ ਹੋ ਗਈ। ਜਿਸ ਗੁਰੂ ਦੇ ਚਰਨ ਪਰਸਣੇ ਸਨ ਉਹ ਗੁਰੂ ਤੁਰ ਕੇ ਆਵੇ ਅਤੇ ਮੈਂ ਘੋੜੀ 'ਤੇ ਬਹਿ ਕੇ ਘੋੜੀ 'ਤੇ ਚੜ੍ਹ ਕੇ ਆਵੇ ਅਤੇ ਮੈਂ ਇੱਕ ਗਲਤੀ ਕਰ ਬੈਠਾ। ਸਤਿਗੁਰੂ ਸਾਹਿਬ ਪੁੱਛਦੇ ਆਵੇ ਪੁਰਖਾ ਕੀ ਕਹਾਣੀ ਹੋਈ, ਕਿਉਂ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ? ਉਹ ਕਹਿੰਦੇ ਮਹਾਰਾਜ ਗਲਤੀ ਹੋ ਗਈ ਬਹੁਤ ਵੱਡੀ। ਉਹ ਕਹਿੰਦੇ ਕੀ ਗਲਤੀ ਹੋਈ? ਬਾਬਾ ਲਹਿਣਾ ਜੀ ਨੇ ਕਿਹਾ, ਕਹਿੰਦੇ ਮਹਾਰਾਜ ਵੀ ਪਹਿਲੀ ਵਾਰ ਆਇਆ ਸਾਂ ਜੀ, ਪਹਿਲੀ ਵਾਰੀ ਇੱਕ ਬਹੁਤ ਵੱਡੀ ਭੁੱਲ ਕਰ ਲਈ ਵੀ ਤੁਸੀਂ ਪੈਦਲ ਤੁਰ ਕੇ ਆਏ ਜੀ ਅਤੇ ਮੈਂ ਘੋੜੀ 'ਤੇ ਬੈਠ ਗਿਆ। ਮਹਾਰਾਜ ਮੁਸਕਰਾ ਕੇ ਕਹਿੰਦੇ ਆ ਗੁਰੂ ਨਾਨਕ ਸਾਹਿਬ ਜੀ, ਕਹਿੰਦੇ ਤੁਹਾਡਾ ਨਾਮ ਕੀ ਹੈ? ਉਹ ਕਹਿੰਦੇ ਮੇਰਾ ਨਾਮ ਹੈ ਲਹਿਣਾ। ਅਤੇ ਸਤਿਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਵੀ ਜੇ ਤੂੰ ਲਹਿਣਾ ਤਾਂ ਅਸੀਂ ਦੇਣਾ, ਲੈਣ ਵਾਲੇ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਹੁੰਦੇ ਜੀ 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 ਜੀ। ਇਹ ਗੁਰੂ ਜੀ ਦੀ ਨਿਮਰਤਾ, ਗੁਰੂ ਜੀ ਦਾ ਬੜਪਣ, ਗੁਰੂ ਸਾਹਿਬ ਜੀ ਦੀ ਅੰਦਰਲੀ ਜਿਹੜੀ ਸੀਤਲਤਾਈ ਹੈ ਉਹਦੀ ਇੱਕ ਤਸਵੀਰ ਹੈ, ਜਿਸ ਤਸਵੀਰ ਨੂੰ ਦੇਖ ਕੇ ਭਾਈ ਲਹਿਣਾ ਜੀ ਮੋਹੇ ਗਏ ਜੀ, ਉਸ ਤੋਂ ਬਾਅਦ ਵਿੱਚ ਸਦਾ ਲਈ ਉਹਨਾਂ ਦੇ ਹੋ ਗਏ। ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਬਹੁਤ ਵੱਡੀ ਖਿੱਚ ਹੈ ਕਿ ਬਾਬਾ ਬੂੜਾ ਜੀ ਨੇ ਇੱਕ ਵਾਰ ਦਰਸ਼ਨ ਕੀਤੇ ਜੀ, ਸਾਰੀ ਜ਼ਿੰਦਗੀ ਵਾਸਤੇ ਗੁਰੂ ਦੇ ਹੋ ਗਏ ਜੀ। ਸੱਜਣ ਠੱਗ ਨੇ ਇੱਕ ਵਾਰ ਦਰਸ਼ਨ ਕੀਤੇ ਜੀ, ਸਾਰੀ ਜ਼ਿੰਦਗੀ ਗੁਰੂ ਦੇ ਹੋ ਗਏ ਜੀ। ਬਾਬਾ ਲਹਿਣਾ ਜੀ ਨੇ ਵੀ ਇੱਕ ਵਾਰ ਦਰਸ਼ਨ ਕੀਤੇ ਆ ਜੀ, ਤਾਂ ਸਾਰੀ ਜ਼ਿੰਦਗੀ ਗੁਰੂ ਦੇ ਹੋ ਗਏ ਜੀ। ਦਰਸ਼ਨ ਦੇਣ ਵਾਲਾ ਅਤੇ ਦਰਸ਼ਨ ਕਰਨ ਵਾਲਾ,
ਦੋਨਾਂ ਤੋਂ ਇੱਕ ਉਦੋਂ ਹੁੰਦਾ ਜਦੋਂ ਲੈਣ ਵਾਲੇ ਦੇ ਮਨ ਵਿੱਚ ਭਾਵਨਾ ਹੋਵੇ ਤਾਂ ਦੇਣ ਵਾਲਾ ਆਪਣੇ ਆਪ ਤਰੁੱਟ ਜਾਂਦਾ। ਜੀ 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 ਬਹੁਤ ਤੁਸੀਂ ਵਧੀਆ ਗੱਲਾਂ ਕਹੀਆਂ। ਦੇਸ਼ ਵਿਦੇਸ਼ ਦੇ ਦਰਸ਼ਕੋ ਇੱਕ ਛੋਟਾ ਜਿਹਾ ਤੁਹਾਡੇ ਨਾਲ ਜ਼ਿਕਰ ਕਰਦੇ ਹਾਂ। ਸਿਆਣੇ ਕਹਿੰਦੇ ਨੇ ਅੱਖਾਂ ਦਾ ਮਿਲਣਾ ਹੋਰ ਚੀਜ਼ ਹੈ, ਅੱਖਾਂ 'ਤੇ ਕਦੀ ਨਾ ਕਦੀ ਦੁਸ਼ਮਣ ਦੇ ਨਾਲ ਵੀ ਚਾਰ ਹੋ ਜਾਂਦੀਆਂ ਨੇ, ਮਿਲ ਜਾਂਦੀਆਂ ਨੇ। ਲੱਖ ਵਾਰੀ ਭਾਵੇਂ ਕਹੀਏ ਕਿ ਮੈਂ ਤੇਰੀ ਸ਼ਕਲ ਨਹੀਂ ਦੇਖਣੀ ਚਾਹੁੰਦਾ, ਪਰ ਕਿਤੇ ਗਾਹੇ ਬਗਾਹੇ ਕਿਤੇ ਸੜਕ 'ਤੇ ਜਾਂਦੇ ਹਾਂ, ਕਿਤੇ ਗਲੀ ਦੇ ਵਿੱਚ ਲੰਘਦੇ ਹਾਂ, ਦੁਸ਼ਮਣ ਦੇ ਨਾਲ ਵੀ ਅੱਖਾਂ ਚਾਰ ਹੋ ਜਾਂਦੀਆਂ ਨੇ, ਅੱਖਾਂ ਮਿਲ ਜਾਂਦੀਆਂ ਨੇ। ਵੱਖਰੀ ਗੱਲ ਕਿ ਅਸੀਂ ਅੱਖਾਂ ਲੁਕਾ ਕੇ ਅੱਖਾਂ ਪਾਸੇ ਕਰਕੇ ਤੁਰ ਪੈਂਦੇ ਹਾਂ, ਹੱਥ ਵੀ ਮਿਲ ਜਾਂਦੇ ਨੇ। ਇੱਕ ਦਿਨ ਵਿੱਚ ਪਤਾ ਨਹੀਂ ਕਿਤਨੇ ਅੱਖ ਨੂੰ ਹੱਥ ਮਿਲਾਈ ਦੇ ਨੇ, ਕਿਤਨਿਆਂ ਨਾਲ ਅੱਖਾਂ ਮਿਲੀਆਂ। ਕਈ ਵਾਰੀ ਐਸਾ ਹੁੰਦਾ ਜਦੋਂ ਕੋਈ ਜਾਣਕਾਰ ਮਿਲ ਜਾਂਦਾ ਅਸੀਂ ਗਲੇ ਵੀ ਮਿਲਦੇ ਹਾਂ, ਪਰ ਇੱਕ ਤਜ਼ਰਬਾ ਕਰਿਆ ਜੇ ਗਲੇ ਦਾ ਮਿਲਣਾ ਹੋਰ ਚੀਜ਼ ਹੈ, ਅੱਖਾਂ ਦਾ ਮਿਲਣਾ ਹੋਰ ਚੀਜ਼ ਹੈ, ਹੱਥਾਂ ਦਾ ਮਿਲਣਾ ਹੋਰ ਚੀਜ਼ ਹੈ, ਪਰ ਰੂਹਾਂ ਦਾ ਮਿਲਣਾ ਇੱਕ ਵੱਖਰਾ ਜਿਹਾ ਮੇਲਾ ਹੁੰਦਾ ਹੈ। ਕੌੜਾ ਸੱਚ ਤਾਂ ਅਸਲ ਦੇ ਅੰਦਰ ਇਹ ਹੈ ਕਿ ਅੱਜ ਸਾਡੇ ਦਿਲਾਂ ਦੇ ਮੇਲੇ ਘੱਟ ਨੇ, ਅੱਜ ਸਾਡੇ ਹੱਥ ਬੜੇ ਮਿਲਦੇ ਨੇ, ਅੱਜ ਸਾਡੀਆਂ ਅੱਖਾਂ ਬੜੀਆਂ ਮਿਲਦੀਆਂ ਨੇ। ਇੱਕ ਦਿਨ ਵਿੱਚ ਪਤਾ ਨਹੀਂ ਕਿੰਨਿਆਂ ਨੂੰ ਹੱਥ ਮਿਲਿਆ, ਕਿੰਨਿਆਂ ਨੂੰ ਅੱਖਾਂ ਮਿਲੀਆਂ, ਕਿੰਨਿਆਂ ਨੂੰ ਗੱਲ ਮਿਲੇ ਆ, ਪਰ ਦਿਲਾਂ ਦਾ ਮੇਲਾ ਤਾਂ ਕਦੀ ਕਦੀ ਹੁੰਦਾ ਹੈ, ਰੂਹਾਂ ਦਾ ਮੇਲਾ। ਸ਼ਾਇਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਨਗਰ ਤੋਂ ਬਾਹਰ ਵੀ ਭਾਈ ਲਹਿਣਾ ਜੀ ਨੂੰ ਦੀਦਾਰ ਦੇ ਦਿੰਦੇ, ਪਰ ਸ਼ਾਇਦ ਉੱਥੇ ਅੱਖਾਂ ਮਿਲਦੀਆਂ, ਜਾਂ ਇੰਝ ਕਹਿ ਲਈਏ ਕਿ ਦੋ ਸਰੀਰ ਮਿਲਦੇ, ਪਰ ਘਰ ਦੇ ਵਿੱਚ ਆ ਕੇ ਜਿਹੜੀਆਂ ਗੱਲਾਂ ਚੱਲੀਆਂ ਨੇ, ਪਰਮਾਰਥ ਦੀਆਂ ਗੱਲਾਂ ਚੱਲੀਆਂ ਨੇ, ਅਧਿਆਤਮਕ ਦੀਆਂ ਗੱਲਾਂ ਚੱਲੀਆਂ ਨੇ, ਭਾਈ ਲਹਿਣਾ ਜੀ ਕਿੰਨੇ ਕੁ ਮੋਏ ਗਏ ਕਿ ਅੱਜ ਇੱਥੇ ਦਿਲਾਂ ਦਾ ਮੇਲਾ ਹੋਇਆ। ਕਿਉਂਕਿ ਸਰੀਰਾਂ ਦੇ ਮੇਲੇ ਵਿਛੜਦੇ ਨੇ, ਦਿਲਾਂ ਦੇ ਮੇਲੇ ਕਦੀ ਨਹੀਂ ਵਿਛੜਦੇ। ਉੱਥੇ ਗੁਰੂ ਨਾਨਕ ਦਾ ਰੂਪ ਹੋ ਗਏ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਭਾਈ ਲਹਿਣਾ ਜੀ ਕਿਵੇਂ ਸਮਾਂ ਗੁਜ਼ਾਰਦੇ ਨੇ ਜ਼ਰੂਰ ਜਾਣਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਸੌ ਛੇ ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 07707484906 ਤੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤੇ ਦਿਲ ਤੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ ਗੱਲ ਚੱਲਦੀ ਸੀ ਗਿਆਨੀ ਸਰੂਪ ਸਿੰਘ ਜੀ ਕੜਿਆਣਾ ਜੀ ਦੇ ਨਾਲ ਕਿ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਦੇ ਨੇ ਅਤੇ ਇੰਝ ਕਹਿ ਲਓ ਕਿ ਇਤਨੇ ਕੁ ਮੋਹੇ ਜਾਂਦੇ ਨੇ, ਪਰ ਸਵਾਲ ਖੜਾ ਸਾਡੇ ਮਨ ਦੇ ਵਿੱਚ ਹੋ ਜਾਂਦਾ ਕਿ ਉਸ ਤੋਂ ਬਾਅਦ ਭਾਈ ਲਹਿਣਾ ਜੀ ਜਿਨ੍ਹਾਂ ਨੂੰ ਮਗਰ ਛੱਡ ਕੇ ਆਏ ਨੇ ਉਹਨਾਂ ਨੂੰ ਕੀ ਜਾ ਕੇ ਜਵਾਬ ਦਿੰਦੇ ਨੇ, ਕਿ ਉਹਨਾਂ ਦੇ ਨਾਲ ਜਾਂਦੇ ਨੇ ਉਸ ਯਾਤਰਾ 'ਤੇ ਜਿਹੜੀ ਘਰੋਂ ਮਿੱਥੀ ਹੋਈ ਹੈ। ਭਾਈ ਸਾਹਿਬ ਇਹ ਸਾਨੂੰ ਜਵਾਬ ਦਿਓ ਕਿ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣ ਤੋਂ ਬਾਅਦ ਉਸ ਤੋਂ ਬਾਅਦ ਉਸ ਯਾਤਰਾ 'ਤੇ ਜਾਂਦੇ ਨੇ ਜਿਹੜੀ ਘਰੋਂ ਮਿੱਥੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਪਾਉਣ ਦੇ ਨਾਲ ਨਾ ਜੀ ਇੱਕ ਵਾਰ ਜਿਹੜਾ ਗੁਰੂ ਦੇ ਦਰਸ਼ਨ ਪਾ ਲੈਂਦਾ ਜੀ, ਗੁਰੂ ਦੇ ਬਚਨ ਸੁਣ ਲੈਂਦਾ, ਇੱਕ ਦਰਸ਼ਨ ਅੱਖਾਂ ਦੇ ਦੇਖਣੇ ਆ ਜੀ, ਇੱਕ ਰੂਹ ਦੇ ਦੇਖਣੇ ਆ ਜੀ। ਗੁਰੂ ਨਾਨਕ ਜਿਨ ਸੁਣਿਆ ਭੇਖਿਆ, ਕਿਆ ਬਾਤ ਹੈ, ਜਿਨ੍ਹਾਂ ਨੇ ਸੁਣਿਆ ਜੀ ਉਹਨਾਂ ਨੇ ਤਾਂ ਕਿਹਾ ਧੰਨ ਨਾਨਕ ਤੇਰੀ ਵੱਡੀ ਕਮਾਈ ਜੀ, ਜਿਨ੍ਹਾਂ ਨੇ ਇਕੱਲਾ ਭੇਖਿਆ ਜੀ, ਗੁਰੂ ਨਾਨਕ ਜਿਨ ਸੁਣਿਆ ਭੇਖਿਆ, ਸੁਣਿਆ ਪਹਿਲਾਂ ਮਹਾਰਾਜ ਨੇ ਕਿਹਾ ਜੀ, ਜਿਨ੍ਹਾਂ ਨੇ ਇਕੱਲਾ ਦੇਖਿਆ ਨਾ ਜੀ, ਉਹਨਾਂ ਨੇ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਜੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੁਰਾਈਆ ਵੀ ਕਿਹਾ ਜੀ 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 ਜੀ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖਦੇ ਸਾਰੇ ਹੀ ਹਾਂ ਜੀ, ਪਰ ਗੁਰੂ ਗ੍ਰੰਥ ਸਾਹਿਬ ਸੁਣਿਆ ਉਹਨਾਂ ਦੀ ਗੱਲ ਸੁਣਨੀ ਜੀ, ਇਹ ਬੜੇ ਕਰਮਾਂ ਵਾਲਿਆਂ ਦੇ ਹਿੱਸਿਆਂ ਦੀ ਨਾਲੇ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ, ਡਿੱਠੇ ਮੁਕਤ ਨਾ ਹੋ ਬਈ ਜੇਚਰ ਸ਼ਬਦ ਨਾ ਕਰੇ ਜੀ। ਗੁਰੂ ਅੰਗਦ ਦੇਵ ਜੀ ਨੇ ਜਦੋਂ ਪਹਿਲੀ ਵਾਰ ਦਰਸ਼ਨ ਕੀਤੇ ਆ ਸਤਿਗੁਰੂ ਨਾਨਕ ਸਾਹਿਬ ਦੇ ਜੀ, ਉਸ ਟਾਈਮ ਉਹਨਾਂ ਨੂੰ ਪਤਾ ਨਹੀਂ ਹੈ ਕਿ ਕੌਣ ਹੈ ਜੀ, ਪਰ ਅੱਜ ਜਦੋਂ ਦੂਜੀ ਵਾਰ ਕਰਤਾਰਪੁਰ ਜਾ ਕੇ ਦਰਸ਼ਨ ਕੀਤੇ ਆ ਜੀ, ਪਹਿਲੀ ਵਾਰ ਇਕੱਲਾ ਵੇਖਿਆ ਹੀ ਸੀ ਜੀ, ਸੁਣਿਆ ਨਹੀਂ ਸੀ ਜੀ, ਅੱਜ ਦੂਜੀ ਵਾਰ ਸੁਣਿਆ ਵੀ ਹੈ, ਸ਼ਾਮ ਦਾ ਕੀਰਤਨ ਬਹਿ ਕੇ ਸੁਣਿਆ ਜੀ, ਫਿਰ ਸਾਰੀ ਰਾਤ ਉਹਨਾਂ ਨੇ ਗੁਰੂ ਮਹਾਰਾਜ ਜੀ ਦੀਆਂ ਸਾਖੀਆਂ ਉੱਥੇ ਮੌਜੂਦ ਗੁਰਸਿੱਖਾਂ ਦੇ ਕੋਲੋਂ ਸੁਣੀਆਂ ਜੀ, ਫਿਰ ਉਹਨਾਂ ਦੇ ਮਨ ਅੰਦਰ ਉਹ ਜਿਹੜੀ ਇੱਕ ਤਾਂਘ ਹੈ ਉਹ ਪ੍ਰਬਲ ਹੁੰਦੀ ਹੈ,
ਕਿ ਮੈਂ ਤਾਂ ਐਵੇਂ ਟੱਕਰਾਂ ਮਾਰਦਾ ਰਿਹਾ। ਉਹਨਾਂ ਗੁਰਸਿੱਖਾਂ ਨੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਰਹਿੰਦੇ ਹੋਣਗੇ, ਬਾਬਾ ਮਰਦਾਨਾ ਜੀ ਉਹਨਾਂ ਵਿੱਚ ਅਸੀਂ ਕਹਿ ਸਕਦੇ, ਬਾਬਾ ਬੁੱਢਾ ਸਾਹਿਬ ਜੀ ਵਰਗੇ ਸਿੱਖਾਂ ਦਾ ਨਾਮ ਲੈ ਸਕਦੇ, ਉਹਨਾਂ ਨੇ ਸਾਰੀ ਰਾਤ ਸਾਖੀਆਂ ਸੁਣਾਈਆਂ ਹੋਣਗੀਆਂ। ਸਿੱਖੀ ਦਾ ਸਿਧਾਂਤ ਦੱਸਿਆ ਹੋਵੇਗਾ ਕਿ ਦੇਵੀ ਦੇਵਾ ਮੂਲ ਹੈ ਮਾਇਆ, ਉਹਨਾਂ ਨੇ ਸਮਝਾਇਆ ਹੋਵੇਗਾ ਕਿ ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ, ਉਹਨਾਂ ਨੇ ਸਮਝਾਇਆ ਹੋਵੇਗਾ ਕਿ ਠਾਕੁਰ ਹਮਰਾ ਸਦ ਬੁਲੰਤਾ, ਉਹਨਾਂ ਨੇ ਸਿੱਖੀ ਦੱਸੀ ਹੋਏਗੀ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨਾਲ ਸਿੱਖੀ ਉਹਨਾਂ ਦੇ ਅੰਦਰ ਆ ਗਈ ਹੋਏਗੀ। ਦਰਸ਼ਨ ਉਹ ਕਹਿ ਰਹੇ ਹਾਂ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਦੀ ਵਿਚਾਰਧਾਰਾ ਦੀ ਸਿੱਖੀ ਅੰਦਰ ਟਿਕੀ ਜੀ। ਸਵੇਰ ਵੇਲੇ ਦਾ ਕੀਰਤਨ ਸੁਣ ਕੇ, ਸਵੇਰ ਵੇਲੇ ਦਾ ਦੀਵਾਨ ਸੁਣ ਕੇ ਜਦੋਂ ਮਹਿਸੂਸ ਕਰਦੇ ਆ ਕਿ ਉੱਧਰ ਹੁਣ ਸੰਗ ਦੇ ਤੁਰਨ ਦਾ ਟਾਈਮ ਹੋ ਗਿਆ ਜੀ, ਫਿਰ ਸੰਗ ਦੇ ਕੋਲ ਆਉਂਦੇ ਆ। ਆ ਕੇ ਉਹਨਾਂ ਮਾਤਾ ਦੇ ਭਗਤਾਂ ਨੂੰ ਆ ਕੇ ਕਹਿੰਦੇ ਆ ਕਿ ਆਪਣਾ ਸਾਰਿਆਂ ਦਾ ਬਹੁਤ ਪਿਆਰ ਹੈ, ਇੱਦਾਂ ਹੀ ਰਹਿਣਾ ਚਾਹੀਦਾ ਜੀ, ਤੁਸੀਂ ਮਾਤਾ ਦੇ ਹੁਣ ਜਾਓ ਜੀ, ਮੈਂ ਮਾਤਾ ਦੇ ਨਹੀਂ ਜਾਣਾ। ਅੱਛਾ, ਭਾਈ ਲਹਿਣਾ ਜੀ ਨੇ ਆਪਣੇ ਸੰਗ ਨੂੰ ਕਹਿਤਾ, ਬਿਲਕੁਲ ਇਹ ਗੱਲ ਕਹੀ ਕਿ ਹੁਣ ਤੁਸੀਂ ਜਾਓ, ਮੈਂ ਨਹੀਂ ਜਾਣਾ, ਮੈਨੂੰ ਪੂਰਾ ਗੁਰੂ ਮਿਲ ਗਿਆ, ਜੇ ਤੁਸੀਂ ਵੀ ਪੂਰੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਆ ਜਾਓ, ਜੇ ਤੁਸੀਂ ਮਾਤਾ ਦੇ ਜਾਣਾ ਚਾਹੁੰਦੇ ਹੋ ਮੈਂ ਤੁਹਾਨੂੰ ਜਾਣੋ ਰੋਕਦਾ ਨਹੀਂ ਜੀ। ਇਹ ਗੱਲ ਪੱਕੀ ਹੈ, ਸਾਡਾ ਸਿੱਖ ਧਰਮ ਕਿਸੇ ਦੇ ਵੀ ਰਾਹ ਦਾ ਰੋੜਾ ਨਹੀਂ ਬਣਦਾ, ਕੋਈ ਮਾਤਾ ਦੇ ਮੱਥਾ ਟੇਕਣ ਜਾਵੇ, ਕੋਈ ਬਾਬੇ ਬਾਲਕ ਨਾਥ ਦੇ ਮੱਥਾ ਟੇਕਣ ਜਾਵੇ, ਕੋਈ ਖਵਾਜੇ ਦੇ ਮੱਥਾ ਟੇਕਣ ਜਾਵੇ, ਅਸੀਂ ਕਿਸੇ ਦੇ ਰਾਹ ਦਾ ਰੋੜਾ ਨਹੀਂ ਬਣਦੇ, ਅਸੀਂ ਕਹਿੰਦੇ ਜੀ ਸਰ ਕੇ ਜਾਓ। ਹਾਂ ਜੇ ਸਾਡੇ ਗੁਰੂ ਦੀ ਗੱਲ ਸੁਣ, ਸਾਨੂੰ ਪੂਰਾ ਮਿਲ ਗਿਆ, ਹਾਂ ਸਾਨੂੰ ਪੂਰਾ ਮਿਲ ਗਿਆ, ਤੁਸੀਂ ਜੇ ਜਾਣਾ ਤਾਂ ਜੀ ਸਰ ਕੇ ਚਲੇ ਜਾਓ। ਉਹਨਾਂ ਵਿੱਚੋਂ ਦੋ ਚਾਰ ਬੰਦਿਆਂ ਨੇ ਇਹ ਵੀ ਕਿਹਾ ਕਿ ਭਾਈ ਲੈਣਾ ਵੇਖ, ਆਪਾਂ ਗ੍ਰਸਤੀ ਹਾਂ, ਜੇ ਦੇਵੀ ਮਾਂ ਦੀ ਕਰੂਪੀ ਹੋ ਗਈ ਤਾਂ ਤੇਰੇ ਬੱਚਿਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਜੀ। ਹਾਂ, ਇੱਥੇ ਮੈਂ ਤੁਹਾਡੇ ਕੋਲ ਇੱਕ ਹੋਰ ਗੱਲ ਪੁੱਛਣੀ ਚਾਹਾਂਗਾ, ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਸਵਾਲ ਹੋਵੇਗਾ। ਕਈ ਵਾਰੀ ਕਿਸੇ ਨੂੰ ਕਹਿ ਦਈਏ ਨਾ ਵੀ ਤੂੰ ਵੀਰਵਾਰ ਉੱਥੇ ਦੀਵਾ ਬਾਲਦਾ, ਨਾ ਬਾਲਿਆ ਕਰ, ਮੇਰੇ ਨਿਆਣੇ ਦੀ ਲੱਤ ਟੁੱਟ ਜੂਗੀ, ਪੀਰ ਮੇਰਾ ਨੁਕਸਾਨ ਕਰ ਦੂਗਾ, ਪੀਰ ਮੈਨੂੰ, ਇਹ ਭੈ ਦੇਵੀ ਦੇਵਤਿਆਂ ਦਾ, ਇਹ ਪੀਰਾਂ ਦਾ, ਇਹ ਐਵੇਂ ਬੁਰੀਆਂ ਆਤਮਾਵਾਂ, ਇਹ ਕੀ ਹੈ, ਲੋਕਾਂ ਦੇ ਮਨ ਦੇ ਵਿੱਚੋਂ ਕਿਉਂ ਨਹੀਂ ਜਾ ਰਿਹਾ? ਦੇਖੋ, ਮਨ ਦੇ ਵਿੱਚ ਭੈ ਜਿਹੜਾ ਉਹ ਉਦੋਂ ਜਾਏਗਾ ਜਦੋਂ ਅਸੀਂ ਆਪਣੇ ਗੁਰੂ ਦੀ ਗੱਲ ਸੁਣਾਂਗੇ ਜੀ, ਗੁਰਬਾਣੀ ਸੁਣਾਂਗੇ। ਗੁਰਬਾਣੀ ਸਾਨੂੰ ਇਹਨਾਂ ਸਾਰੇ ਗੱਲਾਂ ਦਾ ਹੱਲ ਦੱਸਦੀ ਹੈ, ਗੁਰਬਾਣੀ ਸਾਨੂੰ ਉੱਤਰ ਦਿੰਦੀ ਹੈ ਜੀ। ਅੱਜ ਸਭ ਤੋਂ ਵੱਡੀ ਕਹਾਣੀ ਇਹ ਹੈ ਕਿ ਸਾਡੇ ਕੋਲ ਸੁੱਖਾਂ ਦਾ ਖਜ਼ਾਨਾ, ਸਾਡੇ ਕੋਲ ਪੂਰੇ ਸਤਿਗੁਰੂ ਜੀ, ਉਹ ਸਾਡੇ ਕੋਲ ਮੌਜੂਦ ਹੈ ਜੀ। ਬਾਬਾ ਲਹਿਣਾ ਜੀ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਦੇਵੀ ਮਾਤਾ ਜਾਂ ਦੇਵਤੇ ਜਿੰਨੇ ਵੀ ਨੇ, ਦੇਵੀਆਂ ਨੇ, ਠੀਕ ਹੈ ਸਤਿਕਾਰਯੋਗ ਹੈ, ਪਰ ਜਿਹੜਾ ਨਿੱਘ ਇਸ ਗੁਰੂ ਦੇ ਚਰਨਾਂ ਵਿੱਚ ਹੈ ਜੀ, ਉਹ ਮੈਨੂੰ ਉੱਥੋਂ ਨਹੀਂ ਸੀ ਮਿਲਿਆ ਜੀ। ਬਹੁਤ ਚਿਰ ਪੈਰਾਂ ਨਾਲ ਘੁੰਗਰੂ ਬਣ ਕੇ ਨੱਚਿਆ, ਪਰ ਜਿਹੜਾ ਆਨੰਦ ਇੱਥੇ ਆ ਕੇ ਆਇਆ ਜੀ, ਉਹ ਨਹੀਂ ਆ ਰਿਹਾ। ਉਹਨਾਂ ਨੇ ਆਪਣੇ ਆਨੰਦ ਨੂੰ ਹਮੇਸ਼ਾ ਵਾਸਤੇ, ਸਦੀਵੀ ਬਣਾਉਣ ਵਾਸਤੇ ਜੀ, ਗੁਰੂ ਦੀ ਸ਼ਰਨ ਨੂੰ ਪਹਿਲ ਦਿੱਤੀ ਹੈ ਜੀ। ਜੋ ਸਾਡੇ ਸਮਾਜ ਦੇ ਮਨ ਅੰਦਰ ਅੱਜ ਭਰਮ ਵੜਦਾ ਕਿ ਵੀਰਵਾਰ ਨੂੰ ਤੇਲ ਨਾ ਪਾਇਆ ਅਤੇ ਪੀਰ ਮੇਰੇ ਨਾਲ ਨਾਰਾਜ਼ ਹੋ ਜਾਏਗਾ, ਮੇਰੇ ਨਾਲ ਪੀਰ ਜੀ ਗੁੱਸੇ ਹੋ ਜਾਣਗੇ, ਉਹਨਾਂ ਦੀ ਕਰੂਪੀ ਹੋ ਜਾਏਗੀ। ਅਸਲ ਵਿੱਚ ਇਹ ਮਨ ਦਾ ਭਰਮ ਹੈ। ਜਦੋਂ ਸਾਨੂੰ ਇੱਕ ਅਕਾਲ ਪੁਰਖ ਉੱਤੇ ਭਰੋਸਾ ਬੱਝ ਜਾਏ ਕਿ ਪਰਮਾਤਮਾ ਸਾਰਿਆਂ ਤੋਂ ਵੱਡਾ ਹੈ, ਉਦੋਂ ਥੱਲੇ ਸਾਰੇ ਦੇਵੀ ਦੇਵਤੇ ਆ। ਜਿਵੇਂ ਪਿਛਲੇ ਟਾਕ ਸ਼ੋਅ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਵੀ ਉੱਪਰ ਵਾਲਾ ਤੁਸੀਂ ਕਿਹਨੂੰ ਕਹਿੰਦੇ ਹੋ ਜੀ, ਮੈਂ ਵੀ ਉਦੋਂ ਵੀ ਦੱਸਿਆ ਸੀ ਵੀ ਉੱਪਰ ਵਾਲਾ ਉਹ ਹੈ ਜਿਸ ਤੋਂ ਉੱਪਰ ਹੋਰ ਕੋਈ ਨਹੀਂ ਹੈ ਜੀ। ਆਪਾਂ ਸਾਰੇ ਹੀ ਦੇਵੀ ਦੇਵਤੇ, ਪੀਰ ਅਵਤਾਰ, ਰਿਸ਼ੀ ਮੁਨੀ ਔਲੀਏ, ਸੰਤ ਮਹਾਂਪੁਰਸ਼, ਬ੍ਰਹਮ ਗਿਆਨੀ ਜਿੰਨੇ, ਸਾਰੇ ਉਹ ਤੋਂ ਥੱਲੇ ਹੈ ਜੀ। ਠੀਕ ਹੈ ਜੀ, ਉਹ ਉੱਪਰ ਵਾਲੇ ਦੀ ਜਦੋਂ ਨਜ਼ਰ ਹੁੰਦੀ ਹੈ ਤਾਂ ਫਿਰ ਬੰਦੇ ਦੇ ਮਨ ਵਿੱਚ ਇਹ ਵਿਸ਼ਵਾਸ ਬਣਦਾ ਹੈ। ਤੁਸੀਂ ਫਿਰ ਉਸ ਗੱਲ ਨੂੰ ਅੱਜ ਲੈ ਕੇ ਬਹਿ ਗਏ, ਉੱਪਰ ਵਾਲੇ, ਤੁਸੀਂ ਅੰਦਰ ਵਾਲੇ ਦੀ ਗੱਲ ਕਿਉਂ ਨਹੀਂ ਕਰਦੇ? ਮੈਂ ਉੱਪਰ ਵਾਲਾ ਇਹ ਕਹਿ ਰਿਹਾ ਕਿ ਉਸ ਤੋਂ ਉੱਪਰ ਕੋਈ ਨਹੀਂ ਹੈ ਜੀ, ਉਸ ਤੋਂ ਉੱਪਰ ਕੋਈ ਨਹੀਂ ਹੈ, ਉਹ ਸਾਰਿਆਂ ਤੋਂ ਉੱਪਰ, ਬਾਕੀ ਸਾਰੇ ਉਸ ਤੋਂ ਥੱਲੇ ਹੈ ਜੀ। ਠੀਕ ਹੈ ਜੀ, ਰਹਿੰਦਾ ਉਹ ਸਾਡੇ ਅੰਦਰ ਵੀ, ਉਹ ਜਰਰੇ ਜਰਰੇ ਵਿੱਚ ਹੈ, ਈਬੈ ਬੀਠਲ ਉਬੈ ਬੀਠਲ ਬੀਠਲ ਬਿਨ ਬੀਠਲ ਬਿਨ ਸੰਸਾਰ ਨਹੀਂ। ਠੀਕ ਹੈ ਜੀ, ਉਹ ਤਾਂ ਕਣ ਕਣ ਵਿੱਚ ਹੈ, ਉਹ ਦਿਸਦੇ ਅਣ ਦਿਸਦੇ ਜਰਰੇ ਜਰਰੇ ਵਿੱਚ ਹੈ ਜੀ, ਉਸ ਤੋਂ ਉੱਪਰ ਕੋਈ ਨਹੀਂ ਹੈ। ਉਸ ਅਕਾਲ ਪੁਰਖ ਦੀ ਕਿਰਪਾ ਹੋਵੇ ਤਾਂ ਹੀ ਬੰਦਾ ਪਰਮੇਸ਼ਰ ਦਾ ਨਾਂ ਲੈਂਦਾ। ਆਖਾਂ ਜੀਵਾਂ ਬਿਸਰਿਆ ਮਰ ਜਾਊਂ, ਪਰ ਨਾਲ ਇਹ ਵੀ ਹੈ ਆਖਣ ਔਖਾ ਸਾਚਾ ਨਾਂ। ਪਰਮਾਤਮਾ ਦਾ ਨਾਮ ਉਦੋਂ ਜਪਿਆ ਜਾਂਦਾ ਜਦੋਂ ਉਹਦੀ ਕਿਰਪਾ ਹੁੰਦੀ। ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਗਈ ਬਾਬਾ ਲਹਿਣਾ ਜੀ 'ਤੇ, ਇਹ ਕਿਰਪਾ ਸਾਡੇ ਉਹਨਾਂ ਲੋਕਾਂ ਉੱਤੇ ਵੀ ਹੋ ਜਾਏ, ਆਪਾਂ ਅਰਦਾਸ ਕਰਦੇ ਹਾਂ। ਜਿਹੜੇ ਲੋਕ ਅੱਜ ਚਾਰ ਕਿੱਟਾਂ ਰੱਖ ਕੇ ਚਿੱਟੀ ਕਲੀ ਕਰਕੇ ਇਹ ਜੀ ਸਾਡੇ ਸ਼ਹੀਦਾਂ ਦਾ ਸਥਾਨ ਹੈ, ਉਸ ਤੋਂ ਡਰੀ ਜਾਂਦੇ ਨੇ, ਮੈਂ ਨਿੰਦਿਆ ਨਹੀਂ ਕਰਦਾ, ਪਰ ਇੱਕ ਸਵਾਲ ਹੈ, ਇੱਕ ਮੈਂ ਇਹਨੂੰ ਕਾਵਿ ਰੂਪ ਵਿੱਚ ਬੋਲਦਾ ਵੀ ਚਾਰ ਇੱਟਾਂ ਨੂੰ ਚਿੱਟੀ ਕਲੀ ਕਰਕੇ
ਸਿੱਖਾ ਉਹਨੂੰ ਤੂੰ ਕਹਿੰਦਾ ਸ਼ਹੀਦ ਬਾਬੇ ਜੀ, ਚਾਰ ਇੱਟਾਂ ਨੂੰ ਚਿੱਟੀ ਕਲੀ ਕਰਕੇ, ਸਿੱਖਾ ਉਹਨੂੰ ਤੂੰ ਕਹਿੰਦਾ ਸ਼ਹੀਦ ਬਾਬੇ, ਕਿਹੜੀ ਗੱਲ ਤੋਂ ਸਾਨੂੰ ਭੁਲਾ ਦਿੱਤਾ, ਤੈਨੂੰ ਪੁੱਛਦੇ ਪਏ ਨੇ ਸਾਹਿਬਜ਼ਾਦੇ। ਕੀ ਬਾਤ ਹੈ, ਜੇ ਇਹ ਚਾਰ ਚਾਰ ਇੱਟਾਂ ਵਾਲੇ ਸ਼ਹੀਦ ਨੇ, ਫਿਰ ਉਹ ਜਿਹੜੇ ਸਾਡੇ ਸ਼ਹੀਦ ਨੇ ਉਹ ਕੌਣ ਸ਼ਹੀਦ ਨੇ, ਕਿਸ ਕੈਟਾਗਰੀ ਵਿੱਚ ਰੱਖਾਂਗੇ? ਅੱਜ ਸਾਨੂੰ ਇਹ ਇਸ ਗੱਲ ਦਾ ਭਰਮ ਹੋ ਗਿਆ ਕਿ ਇਹ ਸਭ ਤੋਂ ਵੱਡਾ ਹੈ ਜੀ। ਬਸ ਇਹ ਭਰਮ ਉਦੋਂ ਨਿਵਰਤ ਹੋਣਾ ਜਦੋਂ ਅਸੀਂ ਆਪਣੇ ਗੁਰੂ ਦੀ ਗੱਲ ਸੁਣਨੀ ਸ਼ੁਰੂ ਕਰ ਦਿਆਂਗੇ, ਅਸੀਂ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰ ਦਿਆਂਗੇ। ਇੱਕ ਭਰਮ ਸੀ, ਬਾਬਾ ਲਹਿਣਾ ਜੀ ਇਸ ਭਰਮ ਤੋਂ ਮੁਕਤ ਹੋ ਗਏ, ਉਹਨਾਂ ਨੇ ਉਹਨਾਂ ਨੂੰ ਸਾਫ਼ ਕਹਿ ਦਿੱਤਾ ਕਿ ਦੇਵੀ ਮਾਤਾ ਦੇ ਮੈਂ ਨਹੀਂ ਜਾਣਾ ਜੀ, ਉਹ ਸਾਰੇ ਕਹਿਣ ਤੇਰੇ ਬੱਚਿਆਂ ਦਾ ਨੁਕਸਾਨ ਹੋ ਜਾਏਗਾ, ਤੇਰੇ ਪਰਿਵਾਰ ਦਾ ਨੁਕਸਾਨ ਹੋ ਜਾਏਗਾ, ਤੈਨੂੰ ਜ਼ਿੰਦਗੀ 'ਚ ਘਾਟਾ ਪੈ ਜਾਏਗਾ, ਤੇਰੀ ਦੁਕਾਨ ਫੇਲ ਹੋ ਜਾਏਗੀ। ਉਹ ਕਹਿਣ ਲੱਗੇ ਹੁਣ ਜੋ ਮਰਜ਼ੀ ਹੋ ਜਾਏ ਜੀ, ਪਰ ਜਿਹਦੇ ਚਰਨਾਂ ਦੇ ਉੱਤੇ ਸਿਰ ਰੱਖ ਦਿੱਤਾ ਨਾ, ਹੁਣ ਉੱਥੋਂ ਚੁੱਕਣ ਨੂੰ ਦਿਲ ਨਹੀਂ ਕਰਦਾ। ਓਕੇ, ਆਪਾਂ ਰੋਜ਼ ਇਹ ਗੱਲ ਕਹਿੰਦੇ ਵੀ ਹਾਂ, ਆਪਾਂ ਨਿਤਨੇਮ ਵਿੱਚ ਰਹਿਰਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਟਾਈਮ ਆਪਾਂ ਰੋਜ਼ ਪੜ੍ਹਦੇ ਹਾਂ ਕਿ ਪਾਹੀ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਹਨ ਜੀ। ਜਿੱਦਣ ਤੋਂ ਗੁਰੂ ਦੇ ਪਾਹੇ ਚਰਨ ਪਰਸਲੇ ਨਾ, ਤਬ ਤੇ ਕੋ ਆਂਖ ਤਰੇ ਨੇ, ਕੋਈ ਅੱਖ ਥੱਲੇ ਨਹੀਂ ਆਉਂਦਾ ਜੀ, ਪਰ ਜਿਹਦੇ ਮੂਹਰੇ ਚੁੱਕੀਏ। ਬਸ ਬਾਬਾ ਲਹਿਣਾ ਜੀ ਸਦਾ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਹੋ ਗਏ ਜੀ। ਜੀ ਜੀ ਜੀ, ਅਤੇ ਉਹ ਸਾਥ ਨੂੰ ਜਵਾਬ ਦਿੱਤਾ, ਪਰ ਮੈਂ ਇੱਕ ਸਵਾਲ ਮਨ ਦੇ ਵਿੱਚ ਆ ਰਿਹਾ ਸੀ, ਥੋੜ੍ਹੇ ਜਿਹੇ ਸਮੇਂ ਦੇ ਵਿੱਚ ਉਹ ਗੱਲ ਨੂੰ ਕੰਪਲੀਟ ਕਰਨਾ ਚਾਹੁੰਦੇ ਹਾਂ। ਜਿਹੜਾ ਬੰਦਾ ਜਿਸ ਧਰਮ ਦੇ ਨਾਲ ਸੰਬੰਧਿਤ ਹੁੰਦਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਭਾਈ ਲਹਿਣਾ ਜੀ ਦੀ ਵਿਚਾਰਧਾਰਾ, ਇਹ ਤਾਂ ਬਿਲਕੁਲ ਜ਼ਮੀਨ ਅਸਮਾਨ ਦੇ ਫਰਕ ਵਾਲੀਆਂ ਬਾਤਾਂ ਨੇ ਨਾ, ਦੋਵੇਂ ਲੈਂਦੇ ਚੜ੍ਹਦੇ, ਇਹ ਤਾਂ ਬਿਲਕੁਲ ਨੇੜਤਾ ਲੈਂਦੇ ਚੜ੍ਹਦੇ ਵਾਲੀ ਗੱਲ ਹੋ ਗਈ ਜੀ, ਹਨੇਰੇ ਚਾਨਣ ਵਾਲੀ ਗੱਲਬਾਤ ਹੋ ਗਈ। ਹੁਣ ਇੱਥੇ ਇੱਕ ਵਿਚਾਰ ਤੁਸੀਂ ਸਾਨੂੰ ਦੱਸੋ, ਸਾਡੇ ਦਰਸ਼ਕਾਂ ਨੂੰ ਦੱਸੋ ਕਿ ਏਡਾ ਵੱਡਾ ਜ਼ਮੀਨ ਅਸਮਾਨ ਦਾ ਫਰਕ ਅਤੇ ਉਸ ਚੀਜ਼ ਨੂੰ ਸਦਾ ਦੇ ਲਈ ਖਤਮ ਕਰ ਦੇਣਾ, ਉਹ ਵੀ ਕੁਛ ਦੇਰ ਦੇ ਮੇਲ ਮਿਲਾਪ ਤੋਂ ਬਾਅਦ, ਬੜਾ ਔਖਾ ਹੈ। ਅੱਜ ਵੀ ਜਦੋਂ ਕੋਈ ਆਪਣਾ ਧਰਮ ਤਬਦੀਲ ਕਰਦਾ ਤਾਂ ਬੜਾ ਵੱਡਾ ਵਾਦ ਵਿਵਾਦ, ਧਰਮੀ ਜੰਗ ਸ਼ੁਰੂ ਹੋ ਜਾਂਦਾ, ਹਾਂ ਜ਼ਬਾਨੀ ਕਲਮ, ਬੜਾ ਕੁਛ ਹੁੰਦਾ। ਗਿਆਨੀ ਹਰਪ੍ਰੀਤ ਸਿੰਘ ਮੱਖੂ ਜੀ, ਗੱਲ ਇਹ ਹੈ, ਜਿਹੜਾ ਧਰਮ ਹੈ ਜੀ, ਅਸਲ 'ਚ ਕਿਸੇ ਪਹਿਰਾਵੇ ਦਾ ਨਾਮ ਨਹੀਂ ਹੈ ਜੀ, ਧਰਮ ਅਤੇ ਸ਼ੁਭ ਕਰਮਾਂ ਦਾ ਨਾਮ ਹੈ ਜੀ। ਗੁਰੂ ਅਰਜਨ ਦੇਵ ਜੀ ਨੇ ਵੀ ਕਿਹਾ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ, ਹਰ ਕੋ ਨਾਮ ਜਪ ਨਿਰਮਲ ਕਰਮ ਜੀ। ਜੇ ਕਰਮ ਨਿਰਮਲ ਨਹੀਂ ਹੈ, ਚਾਹੇ ਕੋਈ ਮੱਥੇ 'ਤੇ ਚੰਦਨ ਦਾ ਟਿੱਕਾ ਲਾਈ ਫਿਰਦਾ ਜੀ, ਚਾਹੇ ਕੋਈ ਜਨੇਊ ਪਾਈ ਫਿਰਦਾ ਜੀ, ਈਵਨ ਮੈਂ ਦਰਸ਼ਕਾਂ ਕੋਲੋਂ ਮਾਫ਼ੀ ਮੰਗਦਾ, ਚਾਹੇ ਕੋਈ ਕਿਰਪਾਨ ਵੀ ਪਾਈ ਫਿਰਦਾ ਜੀ, ਜੇ ਕਰਮ ਨਿਰਮਲ ਨਹੀਂ ਹੈ ਜੀ, ਤਾਂ ਬੰਦਾ ਧਰਮੀ ਨਹੀਂ ਹੋ ਸਕਦਾ ਜੀ। ਧਰਮ ਜਿਹੜਾ ਉਹ ਇਨਸਾਨ ਨੂੰ ਚੰਗੇ ਸ਼ੁਭ ਕਰਮਾਂ ਦੀ ਸਿੱਖਿਆ ਦਿੰਦਾ ਜੀ। ਮੂਰਤੀਆਂ ਦੇ ਵਿੱਚੋਂ ਸਾਨੂੰ ਸਿੱਖਿਆ ਨਹੀਂ ਮਿਲਦੀ, ਕਬਰ ਵਿੱਚੋਂ ਸਾਨੂੰ ਮੜੀ ਵਿੱਚੋਂ ਕੋਈ ਸਿੱਖਿਆ ਨਹੀਂ ਮਿਲਦੀ ਜੀ। ਅੱਜ ਮੈਂ ਕਹਿ ਸਕਦਾ ਕਿ ਮੇਰੇ ਪੰਜਾਬ ਦੇ ਅੰਦਰ ਬਹੁਤੀਆਂ ਕਬਰਾਂ ਦੇ ਉੱਤੇ ਬੀੜੀ ਬੱਤੀ ਪੀਣ ਵਾਲੇ ਬੰਦੇ ਬੈਠੇ ਆ, ਨਸ਼ੇ ਕਰਨ ਵਾਲੇ ਬੰਦੇ ਬੈਠੇ ਆ ਜੀ, ਉਹਨਾਂ ਤੋਂ ਕੋਈ ਸਾਨੂੰ ਸਿੱਖਿਆ ਨਹੀਂ ਮਿਲਦੀ ਚੰਗੇ ਕਰਮਾਂ ਦੀ ਜੀ। ਜੀ ਜੀ, ਚੰਗੇ ਕਰਮ ਦੀ ਸਿੱਖਿਆ ਤਾਂ ਇੱਕ ਬੋਲਦਾ ਗੁਰੂ ਦੇ ਸਕਦਾ ਜੀ, ਸਾਡਾ ਗੁਰੂ ਗ੍ਰੰਥ ਸਾਹਿਬ ਬੋਲਦਾ ਹੈ ਜੀ, ਸਾਨੂੰ ਹਰ ਗੱਲ ਦੇ ਉੱਤੇ ਉਹ ਦੱਸਦੇ ਹੈ, ਅਰਥ ਦਿੰਦੇ ਆ ਕਿ ਆਹ ਕੰਮ ਕਰਨਾ ਅਤੇ ਆਹ ਨਹੀਂ ਕਰਨਾ ਜੀ। ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਅਪਣਾਉਣਾ, ਇਹ ਧਰਮ ਤਬਦੀਲ ਕਰਨਾ ਨਹੀਂ ਕਹਿ ਸਕਦੇ ਜੀ, ਧਰਮ ਪਰਿਵਰਤਨ ਨਹੀਂ ਕਹਿ ਸਕਦੇ। ਇਹ ਇੱਕ ਬਹੁਤ ਵੱਡਾ ਭੁਲੇਖਾ ਆ ਜਿਹੜਾ ਲੋਕਾਂ ਦੇ ਮਨਾਂ 'ਚ, ਜਿਹੜਾ ਧਰਮ ਹੈ ਤਬਦੀਲ ਕਦੇ ਵੀ ਨਹੀਂ ਹੁੰਦਾ। ਅੱਛਾ, ਅੱਜ ਵੀ ਅਖਬਾਰਾਂ ਵਿੱਚ ਆਉਂਦਾ ਜੀ, ਇੰਨੇ ਸਿੱਖਾਂ ਨੇ ਆਪਣਾ ਧਰਮ ਬਦਲ ਕੇ ਈਸਾਈ ਧਰਮ ਅਪਣਾ ਲਿਆ ਜੀ, ਧਰਮ ਕਿਸੇ ਬਾਣੇ ਦਾ ਨਾ ਥੋੜ੍ਹਾ ਜੀ। ਜਿਹੜੇ ਬੰਦੇ ਨੇ ਧਰਮ ਧਾਰਨ ਕਰ ਲਿਆ ਨਾ, ਉਹ ਪੋਟਾ ਪੋਟਾ ਤਾਂ ਹੋ ਜਾਏਗਾ, ਉਹ ਕੱਟ ਕੱਟ ਕੇ ਤਾਂ ਮਰ ਜਾਏਗਾ, ਉਹ ਕਦੇ ਧਰਮ ਬਦਲੇਗਾ ਨਹੀਂ। ਤੁਹਾਡੇ ਕਹਿਣ ਤੋਂ ਬਾਅਦ ਭਾਵ ਕਿ ਧਰਮ ਕਦੀ ਤਬਦੀਲ ਨਹੀਂ ਹੁੰਦਾ, ਹਾਂ ਇਹ ਧਰਮ ਕਦੀ ਅੰਦਰੋਂ ਨਿਕਲਦਾ ਨਹੀਂ। ਹਾਂ, ਜਿਹੜਾ ਧਰਮ ਹੈ ਉਹ ਕਦੇ ਬਦਲਿਆ ਨਹੀਂ ਜਾ ਸਕਦਾ। ਜਿਹੜੇ ਲੋਕ ਅੱਜ ਪਖੰਡ ਕਰਦੇ ਆ ਕਿ ਮੈਂ ਧਰਮ ਤਬਦੀਲ ਕਰ ਰਿਹਾ, ਉਹ ਪਖੰਡ ਹੈ, ਉਹਨਾਂ ਨੇ ਧਰਮ ਅਪਣਾਇਆ ਹੀ ਨਹੀਂ ਸੀ। ਓਕੇ, ਉਹ ਪਹਿਲਾਂ ਵੀ ਧਰਮੀ ਨਹੀਂ ਸੀ, ਉਹਨਾਂ ਨੂੰ ਦੂਜੇ ਪਾਸੋਂ ਮੁਨਾਫਾ ਦਿਸਿਆ ਤਾਂ ਜੇ ਦੂਜੇ ਪਾਸੇ ਚਲ ਗਿਆ, ਤੀਜੇ ਪਾਸੋਂ ਮੁਨਾਫਾ ਦਿਸੇਗਾ, ਉਧਰੋਂ ਵੀ ਨਿਕਲ ਉਧਰ ਵੀ ਚਲੇ ਜਾਣਗੇ। ਠੀਕ ਹੈ, ਉਹ ਧਰਮੀ ਨਹੀਂ ਹੈ। ਬਿਲਕੁਲ, ਬਾਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਜੀ, ਬਾਬਾ ਲਹਿਣਾ ਜੀ ਜਿਹੜੇ, ਉਹ ਆਪਣੇ ਆਪ ਦੇ ਵਿੱਚ ਧਰਮੀ ਮੰਨਦੇ ਨੇ, ਮਨ ਨੂੰ ਤਸੱਲੀ ਦਿੰਦੇ ਕਿ ਮੈਂ ਧਰਮ ਕਰਮ ਕਰ ਰਿਹਾ ਜੀ, ਮੈਂ ਮਾਤਾ ਦੀ ਮੂਰਤੀ ਮੂਹਰੇ ਮੱਥਾ ਟੇਕ ਰਿਹਾ, ਮੈਂ ਮਾਤਾ ਜੀ ਦੇ ਮੰਦਰ ਦਾ ਪੁਜਾਰੀ ਹਾਂ ਜੀ। ਇੱਥੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਹਿੰਦੂ ਭਰਾ ਵੀ ਦੇਖਦੇ ਹੋਣਗੇ ਜੀ, ਮੈਂ ਪਹਿਲਾਂ ਸਪਸ਼ਟ ਕਰ ਦਿਆਂ, ਹਿੰਦੂ ਧਰਮ ਦੀਆਂ ਜਿਹੜੀਆਂ ਚਾਰ ਉਪਨਿਸ਼ਦਾਂ ਨੇ ਜੀ, ਚਾਰ ਉਪਨਿਸ਼ਦਾਂ ਦੇ ਅੰਦਰ ਮੂਰਤੀ ਪੂਜਾ ਦਾ ਕਿਤੇ ਵੀ ਹੁਕਮ ਨਹੀਂ ਹੈ ਜੀ। ਉਹਨਾਂ ਨੇ ਕਿਹਾ ਮੂਰਤੀ ਪੂਜਾ ਨਹੀਂ ਕਰਨੀ ਜੀ, ਮੂਰਤੀ ਪੂਜਾ ਦੀ ਮਨਾਹੀ ਹੈ ਸਗੋਂ ਜੀ। ਜਦੋਂ ਬਾਬਾ ਲਹਿਣਾ ਜੀ ਨੇ ਗੁਰੂ ਅੰਗਦ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਆ,
ਉਹਨਾਂ ਨੂੰ ਧਰਮ ਦੇ ਅਰਥ ਪਤਾ ਲੱਗ ਗਏ ਧਰਮ ਕੀ ਹੈ ਜੀ। ਜਦੋਂ ਧਰਮ ਦੇ ਅਰਥ ਪਤਾ ਲੱਗੇ ਤਾਂ ਉਹਨਾਂ ਨੇ ਧਰਮ ਅਪਣਾਉਣਾ ਚਾਹਿਆ। ਯਕਦਮ ਧਰਮ ਪਰਿਵਰਤਨ ਕਰਕੇ ਏਡਾ ਵੱਡਾ ਲਹਿੰਦੇ ਚੜ੍ਹਦੇ ਦਾ ਮੱਸਿਆ ਪੁੰਨਿਆ ਜਿੰਨਾ ਜਿਹੜਾ ਫਰਕ ਸੀਗਾ ਉਹ ਯਕਦਮ ਕਿਵੇਂ ਪੂਰਾ ਹੋ ਗਿਆ? ਇਹ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਕਹਿ ਲਓ, ਕਿਉਂਕਿ ਜਿਹੜਾ ਧਰਮ ਹੈ ਉਹਦੇ ਅਸਲੀ ਅਰਥ ਅਸਲੀ ਡੈਫੀਨੇਸ਼ਨ ਜਿਹੜੀ ਹੈ ਉਹਨਾਂ ਨੂੰ ਕਰਤਾਰਪੁਰ ਨਿਰਮਲ ਕਰਮ ਦੇ ਨਾਲ ਜੋੜ ਕੇ ਦੇਖੀ ਜਾਂਦੀ ਹੈ। ਨਿਰਮਲ ਬਹੁਤ ਅੱਛਾ ਲੱਗਾ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਗੱਲ। ਇੱਕ ਪਲ ਮੈਂ ਹੋਰ ਲੈ ਲਾਂ ਇਹਦੇ ਵਿੱਚ ਜੀ, ਕਿਸੇ ਸਰੋਤੇ ਦੇ ਮਨ ਵਿੱਚ ਭਰਮ ਨਾ ਰਹਿ ਜਾਏ ਜੀ ਵੀ ਸ਼ਾਇਦ ਕਿਸੇ ਧਰਮਾਂ ਦੀ ਅਸੀਂ ਨਿੰਦਿਆ ਕਰ ਰਹੇ। ਮੈਂ ਨਾਲ ਆਪਣੇ ਗਾਤਰੇ ਦਾ ਵੀ ਜ਼ਿਕਰ ਕੀਤਾ ਜੀ ਵੀ ਗਾਤਰਾ ਪਾ ਕੇ ਵੀ ਕੋਈ ਧਰਮ ਹੀ ਨਹੀਂ ਬਣਦਾ ਜੀ। ਅਤੇ ਉਰਦੂ ਦਾ ਸ਼ੇਰ ਹੈ ਜੀ ਕਿ ਜਿਨ ਕੇ ਚਿਹਰੇ ਪੇ ਨਕਾਬ ਹੋਤੇ ਹੈ ਜੀ ਉਨਕੇ ਜ਼ੁਲਮ ਬੇਹਿਸਾਬ ਹੋਤੇ ਹੈ। ਕੀ ਬਾਤ ਹੈ! ਧਰਮੀ ਅਖਵਾਉਣ ਵਾਲੇ ਧਰਮੀ ਹੋਣਾ ਜ਼ਰੂਰੀ ਨਹੀਂ ਹੈ ਜੀ ਜੀ ਜੀ। ਜਿਹੜੇ ਧਰਮੀ ਹੋ ਜਾਂਦੇ ਨੇ ਨਾ ਜਿਨ ਹਰ ਪਾਇਆ ਤਿੰਨੇ ਛੁਪਾਇਆ ਉਹ ਢੋਲ ਨਹੀਂ ਵਜਾਉਂਦੇ ਜੀ 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 ਜੀ। ਗੁਰੂ ਨਾਨਕ ਸਾਹਿਬ ਕਮਰੇ ਗੂੰਜਦੇ ਨੇ ਪਰ ਇਹ ਕਮਰਾ ਗੂੰਜ ਨਹੀਂ ਪਾਉਂਦਾ। ਗੁਰੂ ਨਾਨਕ ਸਾਹਿਬ ਦੇਖੋ ਪੂਰੇ ਹੋਣ ਦੇ ਬਾਵਜੂਦ ਵੀ ਪਹਿਨ ਸੰਸਾਰੀ ਕੱਪੜੇ ਜੀ ਮੰਜੀ ਬੈਠ ਕੇ ਅਵਤਾਰਾ ਜੀ ਜੀ ਜੀ। ਇਹ ਧਰਮ ਹੈ। ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਾਂ ਕਰਕੇ। ਇੱਕ ਤੁਸੀਂ ਗੱਲ ਕਰਦੇ ਸੀ ਕਿ ਜਿਸ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਭਾਵੇਂ ਕਬਰ ਹੈ ਇਹਦ ਨਹੀਂ ਦਿੰਦੀ ਜੀ, ਮੂਰਤੀ ਹੈ ਸਾਨੂੰ ਸਿੱਖਿਆ ਨਹੀਂ ਦੇ ਸਕਦੀ। ਸੋ ਦਰਸ਼ਕੋ ਇੱਥੇ ਮੈਂ ਛੋਟਾ ਜਿਹਾ ਖੁਲਾਸਾ ਕਰਦੇ ਹਾਂ। ਜਦੋਂ ਆਪਾਂ ਕਿਤੇ ਸੜਕ ਦੇ ਉੱਪਰ ਜਾਂਦੇ ਹਾਂ ਤਾਂ ਸਾਨੂੰ ਮੀਲ ਪੱਥਰ ਮਿਲਦੇ ਨੇ, ਮਾਈਲ ਸਟੋਨ ਕਹਿ ਦਿੱਤਾ ਜਾਂਦਾ ਹੈ। ਜੇ ਤੁਸੀਂ ਮੀਲ ਪੱਥਰ ਦੇਖਦੇ ਹਾਂ ਜਾਂ ਉਸ ਦੇ ਉੱਪਰ ਲਿਖਿਆ ਹੁੰਦਾ, ਮੰਨ ਲਓ ਕਿਸੇ ਵੀ ਪ੍ਰਕਾਰ ਦਿੱਲੀ ਇਤਨੇ ਕਿਲੋਮੀਟਰ, ਮੰਨਦਾ ਵਾਂ ਕਿ ਆਪਾਂ ਮਾਈਲ ਸਟੋਨ ਕਹਿੰਦੇ ਹਾਂ, ਪਰ ਸਿੱਖਿਆ ਜਾਂ ਦਿੱਲੀ ਦੇ ਬਾਰੇ ਜਾਣਕਾਰੀ ਸਾਨੂੰ ਉਹ ਪੱਥਰ ਨਹੀਂ ਦਿੰਦਾ, ਉਸ ਪੱਥਰ ਦੇ ਉੱਪਰ ਲਿਖੇ ਹੋਏ ਸ਼ਬਦ ਦਿੰਦੇ ਨੇ। ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉਹ ਸ਼ਬਦ ਨੇ ਜਿਹੜੇ ਸਾਨੂੰ ਇੰਝ ਦੱਸਦੇ ਨੇ ਕਿ ਰੱਬ ਦਾ ਰਾਹ ਕਿਹੜਾ ਹੈ, ਤੂੰ ਕਿਹੜੇ ਮਾਰਗ ਦਾ ਪੰਧੀ ਬਣਿਆ, ਜਾਂ ਇੰਝ ਕਹਿ ਲਓ ਕਿ ਮੈਨੂੰ ਆਪਣਾ ਆਪ ਦਾ ਸ਼ੀਸ਼ਾ ਦਿਖਾ ਦਿੰਦੇ ਨੇ। ਗੱਲ ਬਿਲਕੁਲ ਠੀਕ ਹੈ, ਪੱਥਰ ਰਸਤਾ ਨਹੀਂ ਦੱਸਦਾ ਪਰ ਸ਼ਬਦ ਤੁਹਾਨੂੰ ਸਹੀ ਸੇਧ ਦੇ ਦਿੰਦਾ। ਸ਼ਬਦ ਗੁਰੂ ਦੇ ਅਸੀਂ ਵੀ ਲੜ ਲੱਗੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਨਿਸ਼ਚੇ ਪ੍ਰਤੀਤ ਜਾਣ ਕੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਡੇ ਗੁਰੂ ਨੇ, ਲੜ ਲੱਗੀਏ। ਦਰਸ਼ਕੋ ਅਗਲੇ ਹਫ਼ਤੇ ਵੀ ਮੇਰੇ ਨਾਲ ਹੋਣਗੇ ਗਿਆਨੀ ਸਰੂਪ ਸਿੰਘ ਜੀ ਕੜਿਆਣਾ, ਅਤੇ ਗੱਲ ਕਰਾਂਗੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ। ਤਦ ਤੱਕ ਲਈ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।